बाबा बड़ा प्रबल कर देने कि दिखाओ किधर कि शरीर विच परमात्मा की भी लोड़ है, मनुख नूं नाम की भी लोड़ है, कहिंदा पानी की लोड़ है। कहिंदा असीं सिद्ध कर सकते हैं, पानी ना मिले मनुख नहीं रह सकता, लाजमी अंग है। भोजन ना मिले मनुख नहीं रह सकता, मृत्यु हो जाएगी, शरीर की मौत हो जाएगी। भोजन के पानी तो बिना कहने साड़ी ये तर्क है और सही है कि तन भोजन चाहिए है, तन पानी चाहिए। भोजन की भुख ने, पानी की प्यास ने, ते शरीरक लोड़ा ने मनुख को बड़ा विकास कराया। संसार में जितनी तरक्की हुई है वो शरीरक लोड़ा ने मनुख के कोल तरक्की कराई है, भोजन की भुख ने विकास कराया है, पानी की प्यास ने उन्नति कराई है। आदि मनुख पहाड़ां दीआं कंदरावां विच रहिंदा सी ते रुखां थले रहिंदा सी। भयंकर गर्मी के दिन पहाड़ों दियां कंदरां विच रहना औखा हो गया, रुखां थले रहिंदा सी। बारिश के दिन रुखां के थले रहना भी औखा हो गया। तो किसने झुग्गी बनाई? जिस मनुख ने सब तो पहले जमीन से झुग्गी बनाई होगी, उस वक्त का सब तो वड्डा विज्ञानिक, इंजीनियर, आर्किटेक्ट होगा, उस वक्त का सियाणा मनुख होगा। इस ढंग झुग्गी बनाई है, बारिश तो और दुख तो इस तरह बचाव करेगा। फिर लोड़ होर वधी, क्योंकि मनुख व्यक्तिगत जीवदा से कबीले परिवार जात पात कस्बे मुलक शहर इतने बनकर बहुत बाद व्यक्तिगत जिंदगी से इस तरह जिम्मे पशु दी इस तरह से लोग पशु में भी महसूस होती है, पंछी में भी होती है, घोंसला बनाता है उन्होंने भी लोड़ महसूस। भोजन की भुख उसने भी मजबूर कर दी है, पंछी में आलने चो निकलना सारा दिन रजत की तलाश कर रहा है। प्यास उसने भी मजबूर कर देती है पानी की तलाश से, ओदियां भी शरीरक लोड़ा कि मनुख भी इतने रुकया हुआ सी, मेरिया शरीरक ही लोड़ा। शरीरक लोड़ ने पहाड़ों की कदरों च इस कढ़िया, क्योंकि गर्मी लगन लग पी, रुखां थले आ गया। पर बारिश में रुख दे बचाव करना औखा सी, जे सारी रात मीह पैंदा तो बारिश दरखत तो भी टपकन लग पैंदा सी पानी। फिर इसने झुग्गी बनाई, फिर इसने मिट्टी के कोठे बनाए,
ਫਿਰ ਇਸਨੇ ਮਿੱਟੀ ਦੀਆਂ ਇੱਟਾਂ ਬਣਾ ਕੇ ਜ਼ਰਾ ਸੋਹਣੇ ਢੰਗ ਨਾਲ ਮਕਾਨ ਬਣਾਇਆ। ਚੱਲਿਆ ਤੇ ਪਹਾੜਾਂ ਦੀਆਂ ਕੰਦਰਾਵਾਂ ਤੋਂ ਸੀ, ਅੱਜ 100 ਮੰਜ਼ਿਲਾਂ ਉੱਚੀਆਂ ਉੱਚੀਆਂ ਬਿਲਡਿੰਗਾਂ ਦਾ ਮਾਲਕ ਹੈ। ਲੋੜਾਂ ਨੇ ਸਾਰਾ ਵਿਕਾਸ ਕਰਾਇਆ, ਜ਼ਰੂਰਤ ਹੈ। ਪਹਾੜਾਂ ਦੀ ਕੰਦਰਾਂ ਵਿੱਚ ਰੁੱਖਾਂ ਥੱਲੇ ਆਦਿ ਮਨੁੱਖ ਨੰਗਾ ਹੀ ਰਹਿੰਦਾ ਸੀ ਜੈਸੇ ਪਸ਼ੂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਵਿਸਮਾਦ ਨਾਂਗੇ ਫਿਰੇ ਜੰਤ। ਮਹਾਰਾਜ ਕਹਿੰਦੇ ਮੈਂ ਤੇ ਹੈਰਾਨ ਹੋ ਜਾਂਦਾ, ਵਿਸਮਾਦ ਹੋ ਜਾਂਦਾ, ਨਗਨਤਾ ਦਾ ਬੋਧ ਪਸ਼ੂਆਂ ਨੂੰ ਨਹੀਂ, ਅਸੀਂ ਨੰਗੇ ਹਾਂ ਐਸਾ ਖਿਆਲ ਨਹੀਂ ਆਉਣਾ ਕਿਸੇ ਵੀ ਪਸ਼ੂ ਨੂੰ ਨਹੀਂ। ਸਮਝ ਨਹੀਂ, ਸਮਝ ਦੇ ਨਾਲ ਹੀ ਸਮਾਜ ਦਾ ਜਨਮ ਹੁੰਦਾ, ਲੱਜਾ ਦਾ ਜਨਮ ਹੁੰਦਾ, ਸ਼ਰਮੋ ਹਯਾ ਦਾ ਜਨਮ ਹੁੰਦਾ। ਇਸਲਾਮ ਐਸਾ ਕਹਿੰਦਾ, ਮਨੁੱਖਤਾ ਦਾ ਉਸ ਦਿਨ ਜਨਮ ਹੋਇਆ, ਇਨਸਾਨੀਅਤ ਦਾ ਉਸ ਦਿਨ ਜਨਮ ਹੋਇਆ ਜਿਸ ਦਿਨ ਬਾਬੇ ਆਦਮ ਨੂੰ ਮਹਿਸੂਸ ਹੋਇਆ ਮੈਂ ਨੰਗਾ, ਔਰ ਉਹਨੇ ਦਰਖਤਾਂ ਦੇ ਪੱਤਿਆਂ ਨਾਲ ਆਪਣਾ ਤਨ ਰੱਖਿਆ। ਇਸਲਾਮ ਇੰਜ ਕਹਿੰਦਾ, ਇਨਸਾਨੀਅਤ ਦਾ ਜਨਮ, ਮਨੁੱਖਤਾ ਦਾ ਜਨਮ ਨਗਨਤਾ ਦੇ ਬੋਧ ਤੋਂ ਹੋਇਆ। ਭਾਰਤ ਦੇ ਆਦਿ ਮਨੁੱਖ ਨੇ ਵੀ ਦਰਖਤਾਂ ਦੇ ਪੱਤਿਆਂ ਨਾਲ, ਕੇਲੇ ਦੇ ਛਿਲਕੇ ਨਾਲ, ਬੋੜ ਦੀ ਛਾਲ ਨਾਲ ਆਪਣਾ ਤਨ ਰੱਖਿਆ। ਇਹਨਾਂ ਦੀ ਉਮਰ ਮਿਆਦ ਲੰਬੀ ਨਹੀਂ ਆਉਂਦੀ ਸੀ, ਪੱਤੇ ਸੁੱਕਦੇ ਸਨ, ਤਨ ਨੂੰ ਚੁਗਦੇ ਸਨ, ਫਿਰ ਪਸ਼ੂਆਂ ਦੀ ਖੱਲ ਨਾਲ ਉਸਨੇ ਆਪਣਾ ਤਨ ਰੱਖਿਆ, ਹਿਰਨ ਦੀ ਖੱਲ, ਸਾਂਬਰ ਦੀ ਖੱਲ, ਚਿੱਤਲ ਦੀ ਖੱਲ, ਇਸ ਤਰ੍ਹਾਂ ਵੱਡੇ ਵੱਡੇ ਪਸ਼ੂਆਂ ਦੀ ਖੱਲ ਨਾਲ ਇਸਨੇ ਆਪਣਾ ਤਨ ਰੱਖਿਆ। ਸਹਿਜੇ ਸਹਿਜੇ ਇਹ ਜਾਨਵਰ ਹਰ ਜਗ੍ਹਾ ਮੁਯੱਸਰ ਨਹੀਂ ਸਨ, ਹਰ ਵਕਤ ਮੁਯੱਸਰ ਨਹੀਂ ਸਨ, ਲੰਬਾ ਚੌੜਾ ਸ਼ਿਕਾਰ ਕਰਕੇ ਲੱਭਣਾ ਪੈਂਦਾ ਸੀ। ਫਿਰ ਇਸਨੂੰ ਬਨਸਪਤੀ ਵਿੱਚ ਇਹ ਕਪਾਸ ਦੇ ਬੂਟੇ ਦਿਸੇ। ਸਭ ਕੁਝ ਕੁਦਰਤ ਪ੍ਰਕਿਰਤੀ ਨੇ ਇਸ ਤਰ੍ਹਾਂ ਦਾ ਪੈਦਾ ਕੀਤਾ ਹੈ। ਕਿਹੜੀ ਕਿਹੜੀ ਚੀਜ਼ ਮਨੁੱਖ ਦੇ ਲੋੜ ਆ ਸਕਦੀ ਹੈ ਉਹਦੀ ਖੇਤੀਬਾੜੀ ਹੋਣ ਲੱਗ ਪਈ। ਕਪਾਸ ਤੋਂ ਇਹਨੇ ਸੂਤ ਬਣਾਇਆ, ਫਿਰ ਇਸਨੇ ਆਪਣਾ ਤਨ ਰੱਖਿਆ, ਖੱਦਰ ਦੇ ਕੱਪੜੇ। ਅੱਜ ਹਜ਼ਾਰਾਂ ਤਰ੍ਹਾਂ ਦੇ ਕੱਪੜੇ, ਰੇਸ਼ਮੀ ਕੱਪੜੇ, ਗਰਮ ਕੱਪੜੇ, ਸੂਤੀ ਕੱਪੜੇ, ਹਜ਼ਾਰਾਂ ਤਰ੍ਹਾਂ ਦੇ ਕੱਪੜਿਆਂ ਦਾ ਮਨੁੱਖ ਜਨਮ ਕਰਦਾ ਹੈ। ਚੱਲਿਆ ਤੇ ਨੰਗਾ ਹੀ ਸੀ। ਇਸੇ ਤਰੀਕੇ ਦੇ ਨਾਲ ਜੰਗਲ ਦੇ ਫਲ ਫੁੱਲ ਹੀ ਇਸਦੀ ਖੁਰਾਕ ਸੀ, ਇਸ ਨਾਲ ਪੇਟ ਭਰਦਾ ਸੀ। ਫਲ ਹਰ ਇੱਕ ਦਰਖਤਾਂ ਤੇ ਨਹੀਂ ਆਉਂਦੇ ਸਨ, ਮੌਸਮ ਦੇ ਨਾਲ ਆਉਂਦੇ ਸਨ। ਫਿਰ ਜੰਗਲੀ ਜਾਨਵਰਾਂ ਨੂੰ ਮਾਰ ਕੇ ਕੱਚਾ ਮਾਸ ਖਾ ਕੇ ਆਪਣੀ ਉਪਜੀਵਿਕਾ ਚਲਾਉਂਦਾ ਸੀ। ਆਦਿ ਮਨੁੱਖ ਇਸ ਤਰ੍ਹਾਂ ਕਰਦਾ ਸੀ। ਅੱਜ ਹਜ਼ਾਰਾਂ ਤਰ੍ਹਾਂ ਦੇ ਪਕਵਾਨਾਂ ਦਾ, ਭੋਜਨ ਦਾ ਮਨੁੱਖ ਜਨਮ ਦਾਤਾ। ਦੂਰ ਕਿਉਂ ਜਾਓ, ਸੈਕੜੇ ਤਰ੍ਹਾਂ ਦੇ ਖਾਣੇ ਤੇ ਭਾਰਤ ਵਿੱਚ ਬੰਗਾਲੀਆਂ ਦਾ ਖਾਣਾ,
ਸਾਊਥ ਇੰਡੀਅਨ ਖਾਣਾ ਜੋ ਕੰਨੜ ਤਮਿਲ ਕੇਰਲਾ ਦਾ, ਪਰ ਗੁਜਰਾਤੀਆਂ ਦਾ ਖਾਣਾ, ਗੁਜਰਾਤੀ ਤੇ ਸਾਗ ਸਭ ਵਿੱਚ ਵੀ ਗੁੜ ਪਾਉਂਦੇ ਨੇ, ਮਿੱਠਾ ਪਾਉਂਦੇ। ਕਹਿਣ ਤੋਂ ਮੁਰਾਦ ਫਿਰ ਪੰਜਾਬੀਆਂ ਦੇ ਖਾਣੇ, ਕਸ਼ਮੀਰੀਆਂ ਦੇ ਖਾਣੇ, ਇਰਾਨੀਆਂ ਦਾ ਖਾਣਾ ਅਲੱਗ ਹੈ, ਅਰਬੀਅਨ ਲੋਕਾਂ ਦਾ ਖਾਣਾ ਅਲੱਗ ਹੈ, ਯੂਰੋਪੀਅਨ ਖਾਣੇ ਅਲੱਗ ਹੈ, ਫਿਰ ਚੀਨੀਆਂ ਦਾ ਚਾਈਨੀਜ਼ ਖੁਰਾਕ ਅਲੱਗ ਹੈ, ਉਹ ਖਾਣੇ ਅਲੱਗ ਨੇ। ਅੱਜ ਹਜ਼ਾਰਾਂ ਤਰ੍ਹਾਂ ਦੇ ਪਕਵਾਨ ਤੇ ਖਾਣਿਆਂ ਦਾ ਜਨਮਦਾਤਾ ਹੈ ਮਨੁੱਖ। ਖੁਰਾਕ ਇਸਦੀ ਆਦੀ ਸੀ ਜੰਗਲ ਦੇ ਫਲ ਫੁੱਲ ਜਾਂ ਜੰਗਲੀ ਜਾਨਵਰਾਂ ਦਾ ਕੱਚਾ ਮਾਸ। ਇਸੇ ਤਰੀਕੇ ਦੇ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦਾ ਸੀ ਇਹ ਪੈਦਲ ਹੀ ਜਾਂਦਾ ਸੀ, ਪੈਰਾਂ ਨਾਲ ਹੀ ਜਾਂਦਾ ਸੀ। ਕਈ ਦਫ਼ਾ ਇੱਕ ਇਲਾਕੇ ਚ ਸੋਕਾ ਪੈ ਜਾਏ, ਫਲ ਫੁੱਲ ਬਿਲਕੁਲ ਨਹੀਂ, ਦੂਰੀਆਂ ਜਾਂ ਤੇ ਜਾਣਾ ਪੈਂਦਾ ਸੀ ਰਿਜ਼ਕ ਦੀ ਤਲਾਸ਼ ਵਿੱਚ। ਜਿਹੜੇ ਜਿਹੜੇ ਜੰਗਲੀ ਜਾਨਵਰ ਇਸਦੇ ਕੰਮ ਆ ਸਕਦੇ ਸਨ, ਬੈਲ ਸੀ, ਘੋੜਾ ਸੀ, ਊਠ ਸੀ, ਇਹਨੂੰ ਉਸਨੇ ਆਪਣੀ ਅਸਵਾਰੀ ਬਣਾਇਆ। ਖੱਚਰ ਸੀ, ਖੋਤੇ ਸਨ, ਸਭ ਜੰਗਲੀ ਸਨ। ਪਕੜ ਪਕੜ ਕੇ ਇਸਨੇ ਉਹਨਾਂ ਨੂੰ ਆਪਣਾ ਵਾਹਨ ਬਣਾਇਆ, ਆਪਣੀ ਅਸਵਾਰੀ ਬਣਾਇਆ। ਪਿੰਡਾ ਲੰਬਾ ਤੈਅ ਕਰ ਲੈਂਦਾ ਸੀ ਘੋੜਿਆਂ ਦੇ ਆਸਰੇ ਤੇ ਊਠਾਂ ਦੇ ਆਸਰੇ ਤੇ। ਦੂਰ ਕਿਉਂ ਜਾ, ਸਿਕੰਦਰ ਵੀ ਘੋੜਿਆਂ ਤੇ ਹੀ ਆਇਆ ਸੀ ਭਾਰਤ, ਹਜ਼ਾਰਾਂ ਮੀਲ ਦੀ ਯਾਤਰਾ ਤੈਅ ਕਰਕੇ। 250 ਮੀਲ ਤੱਕ ਹਜ਼ਰਤ ਈਸਾ ਖੱਚਰ ਤੇ ਹੀ ਘੁੰਮਦੇ ਰਹੇ, ਸ਼ਿਵਜੀ ਬੈਲ ਤੇ ਘੁੰਮਦਾ ਹੁੰਦਾ ਸੀ, ਬੈਲ ਦੀ ਅਸਵਾਰੀ ਕਰਦਾ ਸੀ। ਜਿਹੜੇ ਜਿਹੜੇ ਜੰਗਲੀ ਜਾਨਵਰ ਮਨੁੱਖ ਦੇ ਕੰਮ ਆ ਸਕਦੇ ਸਨ, ਮਨੁੱਖ ਉਹਨਾਂ ਨੂੰ ਵਰਤ ਕੇ ਉਹਨੇ ਕੁਝ ਪੈਂਡਾ ਤੈਅ ਕਰਨ ਦੀ ਸਹੂਲੀਅਤ ਮੁਯੱਸਰ ਕਰ ਲਈ। ਘੋੜੇ ਨਾਲ ਜ਼ਿਆਦਾ ਵਾਟ ਤੈਅ ਹੋ ਜਾਂਦੀ ਸੀ। ਇਸ ਤਰ੍ਹਾਂ ਫਿਰ ਸਹਿਜੇ ਸਹਿਜੇ ਵਿਕਾਸ ਕਰਦਿਆਂ ਕਰਦਿਆਂ ਫਿਰ ਮਨੁੱਖ ਨੇ ਸਾਈਕਲ ਬਣਾਏ, ਮੋਟਰ ਕਾਰ ਬਣਾਈ, ਰੇਲ ਗੱਡੀਆਂ ਬਣਾਈਆਂ। ਅੱਜ ਆਵਾਜ਼ ਤੋਂ ਵੀ ਤਿੱਖੇ ਚੱਲਣ ਵਾਲੇ ਹਵਾਈ ਜਹਾਜ਼ ਮੌਜੂਦ ਨੇ, 24 ਘੰਟੇ ਸ੍ਰਿਸ਼ਟੀ ਦੀ ਪਰਿਕਰਮਾ ਕਰ ਲੈਂਦੇ। ਚੱਲਿਆ ਤੇ ਪੈਦਲ ਹੀ ਸੀ, ਪੈਦਲ ਹੀ ਸੀ। ਮਨੁੱਖ ਕੋਲ ਆਪਣੇ ਜਜ਼ਬਾਤ ਨੂੰ ਪ੍ਰਗਟ ਕਰਨ ਵਾਸਤੇ ਸਿਰਫ ਇਸ਼ਾਰੇ ਸਨ, ਔਰ ਆਪਦੀ ਗਿਆਤ ਲਈ ਅਰਜ਼ ਕਰਾਂ, ਇਸ਼ਾਰੇ ਅੱਜ ਵੀ ਸਾਰੀ ਦੁਨੀਆਂ ਦੇ ਇੱਕ ਨੇ। ਪਿਆਸ ਲੱਗਦੀ ਸੀ ਤੇ ਮਨੁੱਖ ਇੰਝ ਕਰਦਾ ਸੀ, ਭੁੱਖ ਲੱਗਦੀ ਸੀ ਤੇ ਇੰਝ। ਇਹ ਇਸ਼ਾਰੇ ਸਾਰੀ ਦੁਨੀਆਂ ਦੇ ਅੱਜ ਵੀ ਇੱਕੋ ਨੇ। ਕੋਈ ਚੀਜ਼ ਨਹੀਂ ਚਾਹੀਦੀ, ਨਾ ਕਰਨੀ ਹੈ ਤੇ ਇੰਝ ਸਿਰ ਹਿਲਾਉਂਦਾ ਸੀ, ਅੱਜ ਵੀ ਸਾਰੀ ਦੁਨੀਆਂ ਦਾ ਇਸ਼ਾਰਾ ਇਹੀ ਹੈ, ਹਾਂ ਕਰਦਾ ਤੇ ਇੰਝ ਕਰਦਾ, ਅੱਜ ਵੀ ਸਾਰੀ ਦੁਨੀਆਂ ਦਾ ਇਸ਼ਾਰਾ ਇਹੀ। ਆਪਣੇ ਜਜ਼ਬਾਤ ਨੂੰ, ਆਪਣੀਆਂ ਲੋੜਾਂ ਨੂੰ ਇਹ ਸਿਰ ਦੇ ਇਸ਼ਾਰੇ ਨਾਲ, ਹੱਥਾਂ ਦੇ ਇਸ਼ਾਰੇ ਨਾਲ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ ਸੀ। ਜਨਮ ਤੋਂ ਜਿਹੜੀ ਭਾਸ਼ਾ ਮਨੁੱਖ ਲੈ ਕੇ ਆਇਆ ਸੀ, ਸਿਰਫ ਹੱਸਣਾ ਤੇ ਰੋਣਾ,
ਬੱਚਾ ਪਿੰਗੋੜੇ ਦੇ ਚ ਵੀ ਹੱਸ ਪੈਂਦਾ ਰਹਿੰਦਾ ਇਹ ਜਨਮ ਤੋਂ ਲੈ ਕੇ ਆ ਕਿਉਂਕਿ ਪ੍ਰਾਕਿਰਤਿਕ ਹੈ ਜਨਮ ਤੋਂ ਲੈ ਕੇ ਆਇਆ ਇਸ ਵਾਸਤੇ ਸਾਰੀ ਦੁਨੀਆਂ ਦੇ ਬੱਚਿਆਂ ਦਾ ਰੋਣਾ ਇੱਕ ਹੈ ਅਸੀਂ ਇੰਜ ਨਹੀਂ ਕਹਿੰਦੇ ਇੰਗਲਿਸ਼ ਦੇ ਚ ਰੋ ਰਹੇ ਹੈ ਇਹ ਪੰਜਾਬੀ ਦੇ ਚ ਰੋ ਰਹੇ ਹੈ ਇਹ ਪਰਸ਼ੀਅਨ ਦੇ ਚ ਰੋ ਰਿਹਾ ਜਾਂ ਇਹ ਚਾਈਨੀਜ਼ ਦੇ ਚ ਰੋ ਰਿਹਾ ਇਹ ਜੈਪਨੀਜ਼ ਦੇ ਚ ਰੋ ਰਿਹਾ ਇਹ ਹਿੰਦੀ ਦੇ ਚ ਰੋ ਰਿਹਾ ਹੈ ਸੰਸਕ੍ਰਿਤ ਦੇ ਚ ਰੋ ਰਿਹਾ ਇਹ ਗੁਜਰਾਤੀ ਦੇ ਚ ਰੋ ਰਿਹਾ ਹੈ ਪੰਜਾਬੀ ਦੇ ਚ ਰੋ ਰਿਹਾ ਰੋ ਰਿਹਾ ਔਰ ਰੋਣਾ ਸਾਰੀ ਦੁਨੀਆਂ ਨੂੰ ਸਮਝ ਚ ਆ ਜਾਂਦਾ ਹੈ ਪ੍ਰਾਕਿਰਤਿਕ ਹੈ ਜਨਮ ਤੋਂ ਹੱਸ ਰਿਹਾ ਵੀ ਕੋਈ ਮਨੁੱਖ ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਕਿ ਪੰਜਾਬੀ ਦੇ ਚ ਹੱਸਦਾ ਪਿਆ ਜਾਂ ਇੰਗਲਿਸ਼ ਦੇ ਚ ਹੱਸ ਰਿਹਾ ਜਾਂ ਪਰਸ਼ੀਅਨ ਦੇ ਚ ਹੱਸ ਰਿਹਾ ਹਾਸਾ ਰੋਣਾ ਪ੍ਰਾਕਿਰਤਿਕ ਹੈ ਜਨਮ ਤੋਂ ਨਾਲ ਲੈ ਕੇ ਆਇਆ ਸਾਰੀ ਦੁਨੀਆਂ ਦਾ ਇੱਕੋ ਹੀ ਹੈ ਇਕਦਮ ਸਮਝਦੇ ਚ ਆ ਜਾਂਦਾ ਕੋਈ ਰੋ ਰਿਹਾ ਇਕਦਮ ਸਮਝ ਚ ਆ ਜਾਂਦਾ ਹੈ ਬੇਚੈਨ ਹੋਵੇਗਾ ਦੁਖੀ ਹੋਵੇਗਾ ਹੱਸ ਰਿਹਾ ਹੈ ਖੁਸ਼ ਹੋਵੇਗਾ ਸਾਰੀ ਦੁਨੀਆਂ ਦਾ ਇੱਕ ਹੈ ਹਾਸੇ ਨਾਲ ਸੀਮਤ ਜਿਹੀਆਂ ਖੁਸ਼ੀ ਨੂੰ ਪ੍ਰਗਟ ਕੀਤਾ ਜਾ ਸਕਦਾ ਸੀ ਰੋਣੇ ਨਾਲ ਸੀਮਤ ਜਿਹੀਆਂ ਦੁੱਖ ਨੂੰ ਪ੍ਰਗਟ ਕੀਤਾ ਜਾ ਸਕਦਾ ਸੀ ਇਸ਼ਾਰਿਆਂ ਨਾਲ ਸੀਮਤ ਲੋੜਾਂ ਨੂੰ ਪ੍ਰਗਟ ਕੀਤਾ ਜਾ ਸਕਦਾ ਸੀ ਅੰਦਰ ਭਾਵ ਮਨੁੱਖ ਦੇ ਬਹੁਤ ਸਨ ਕੁਛ ਕਹਿਣ ਦੇ ਭਾਸ਼ਾਵਾਂ ਦਾ ਜਨਮ ਹੋਇਆ ਮਨੁੱਖ ਦੀ ਜ਼ਬਾਨ ਚੋਂ ਅੱਖਰ ਨਿਕਲੇ ਅੱਜ ਹਜ਼ਾਰਾਂ ਤਰ੍ਹਾਂ ਦੀਆਂ ਭਾਸ਼ਾਵਾਂ ਦਾ ਮਨੁੱਖ ਜਨਮਦਾਤਾ ਹੈ ਦੂਰ ਕਿਉਂ ਜਾ ਪੰਜਾਬੀ ਵੀ ਇੱਕ ਤਰ੍ਹਾਂ ਦੀ ਨਹੀਂ ਹੈ ਮਾਲਵੇ ਦੀ ਪੰਜਾਬੀ ਅਲੱਗ ਹੈ ਤੇ ਨਾਦੇ ਦੀ ਅਲੱਗ ਹੈ ਚੜ੍ਹਦੀ ਪੰਜਾਬੀ ਅਲੱਗ ਹੈ ਲਹਿੰਦੀ ਪੰਜਾਬੀ ਅਲੱਗ ਹੈ ਲਾਹੌਰ ਤੋਂ ਪਰੇ ਚਲੇ ਜਾਓ ਤੇ ਪੰਜਾਬੀ ਅਲੱਗ ਹੈ ਸਰਗੋਦੇ ਦੀ ਪੰਜਾਬੀ ਗੁਜਰਾਤ ਮੀਆਂ ਵਾਲੀ ਮੁਲਤਾਨ ਦੀ ਪੰਜਾਬੀ ਫਰੰਟੀਅਰ ਦੀ ਪੰਜਾਬੀ ਅਲੱਗ ਹੈ ਲਹਿੰਦੀ ਪੰਜਾਬੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸ਼੍ਰੋਮਣੀ ਕਮੇਟੀ ਨੇ ਦਾਸ ਦੀ ਸੇਵਾ ਲਾਈ ਸੀ ਇੱਕ ਦਫ਼ਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁਰਬ ਤੇ ਨਨਕਾਣਾ ਸਾਹਿਬ ਉੱਥੇ ਮੰਗ ਸੀ ਵੀ ਸਾਰਾ ਪ੍ਰੋਗਰਾਮ ਟੈਲੀਕਾਸਟ ਆਉਣਾ ਤੇ ਉਰਦੂ ਵਿੱਚ ਬੋਲਣਾ ਹੈ ਦਾਸ ਉਰਦੂ ਵਿੱਚ ਉੱਥੇ ਕਥਾ ਕਰਦਾ ਰਿਹਾ ਗੁਰਬਾਣੀ ਦੀ ਵਿਚਾਰ ਸ਼ਰਵਣ ਕਰਾਉਂਦਾ ਰਿਹਾ ਗੁਰਪੁਰਬ ਵਾਲੇ ਦਿਨ ਸੰਗਤਾਂ ਦੀ ਵੀ ਮੰਗ ਵੀ ਪੰਜਾਬੀ ਚ ਹੀ ਬੋਲੀ ਫਿਰ ਉਸ ਦਿਨ ਮੈਂ ਤਿੰਨ ਹਾਜ਼ਰੀਆਂ ਭਰੀਆਂ ਪੰਜਾਬੀ ਵਿੱਚ ਬਾਹਰ ਆ ਕੇ ਪਾਕਿਸਤਾਨੀ ਪੁੱਛਦੇ ਸਨ ਤੁਸੀਂ ਪੰਜਾਬੀ ਚ ਬੋਲਦੇ ਤੇ ਕੋਈ ਸਾਡੀ ਸਮਝ ਚ ਆਉਂਦੀ ਮੈਂ ਕਿਹਾ ਮੈਂ ਤੂੰ ਪੰਜਾਬੀ ਚ ਹੀ ਬੋਲਿਆ ਕਹਿੰਦੇ ਇਹ ਕਿਹੜੀ ਪੰਜਾਬੀ ਨਹੀਂ ਸਮਝ ਚਾਹੀਦੀ ਪੂਰੀ ਗੱਲ ਨਹੀਂ ਸਮਝ ਇੱਕ ਤਰ੍ਹਾਂ ਦੀ ਕੋਈ ਪੰਜਾਬੀ ਨਹੀਂ ਹੈ ਇੱਕ ਤਰ੍ਹਾਂ ਦੀ ਇੰਗਲਿਸ਼ ਵੀ ਨਹੀਂ ਹੈ ਮੇਰੇ ਨਾਲ ਸਰਦਾਰ ਲੋ ਸਿੰਘ ਇੰਗਲੈਂਡ ਦਾ ਇੱਕ ਅੰਗਰੇਜ਼ ਸਜਿਆ ਹੋਇਆ ਸਿੰਘ ਹੈ ਦੋਇਕ ਮਹੀਨੇ ਇੰਡੀਆ ਨਾਲ ਪਰਵਣ ਕਰਦਾ ਕਦੀ ਕਦੀ ਵਿਦੇਸ਼ਾਂ ਚ ਵੀ ਆਉਂਦਾ ਹੈ ਇੱਕ ਦਫ਼ਾ ਕੈਨੇਡਾ ਨਾਲ ਆਇਆ ਉੱਥੋਂ ਦੇ ਲੋਕ ਹੀ ਪੁੱਛਦੇ ਸਨ ਕਿਹੜੀ ਇੰਗਲਿਸ਼ ਬੋਲਦਾ ਹੈ ਬੱਚੇ ਨਹੀਂ ਸਮਝਦੇ ਸੀ ਉਚਾਰਨ ਅਲੱਗ ਅਲੱਗ ਹੋ ਜਾਂਦਾ ਹੈ ਅਲੱਗ ਅਲੱਗ ਇੱਕ ਤਰ੍ਹਾਂ ਦੀ ਹਿੰਦੀ ਵੀ ਨਹੀਂ ਹੈ ਬਿਹਾਰੀ ਹਿੰਦੀ ਅਲੱਗ ਹੈ ਯੂਪੀ ਦੀ ਹਿੰਦੀ ਅਲੱਗ ਹੈ ਰਾਜਸਥਾਨ ਦੀ ਅਲੱਗ ਹੈ ਮੱਧ ਭਾਰਤ ਦੀ ਅਲੱਗ ਹੈ ਔਰ
ਕਿ ਮਨੁੱਖ ਹਜ਼ਾਰਾਂ ਤਰ੍ਹਾਂ ਦੀਆਂ ਭਾਸ਼ਾਵਾਂ ਦਾ ਜਨਮ ਦਾਤਾ ਹੈ, ਚਾਈਨੀਜ਼ ਵੀ ਇੱਕ ਤਰ੍ਹਾਂ ਦੇ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦਾ। ਪੁਰਾਣੇ ਬਜ਼ੁਰਗ ਤੇ ਕਹਿੰਦੇ ਸਨ ਬਸ ਦਰਿਆ ਪਾਰ ਕਰੀਏ ਕਿ ਬੋਲੀ ਬਦਲ ਜਾਂਦੀ ਹੈ, ਇੰਝ ਕਹਿੰਦੇ ਹੁੰਦੇ ਸਨ, ਵੀ ਕੋਆਂ ਤੇ ਬੋਲੀ ਬਦਲ ਜਾਂਦੀ। ਅੰਦਰੂਨੀ ਜਜ਼ਬਾਤ ਨੂੰ ਪ੍ਰਗਟ ਕਰਨ ਵਾਸਤੇ ਅਨੰਤ ਭਾਸ਼ਾਵਾਂ ਦਾ ਜਨਮ ਹੋਇਆ, ਭਾਸ਼ਾ ਦਾ ਜਨਮ ਹੋਇਆ, ਲੋੜਾਂ ਦਾ ਵਿਕਾਸ ਹੋਇਆ, ਮਨੁੱਖ ਵਿਕਸਿਤ ਹੁੰਦਾ ਗਿਆ। ਵਿਕਾਸ ਦੇ ਨਾਲ ਖਤਰੇ ਵੀ ਵੱਧ ਗਏ। ਮਨੁੱਖ ਦਾ ਲੋਭ ਛੀਨਾ ਝਪਟੀ ਕਰਾ ਦਿੰਦਾ ਸੀ, ਮਨੁੱਖ ਦਾ ਹੰਕਾਰ ਜ਼ੁਲਮ ਕਰਾ ਦਿੰਦਾ ਸੀ, ਮਨੁੱਖ ਦੀ ਸੀਮਾ ਤੋਂ ਵਧੀ ਹੋਈ ਵਾਸ਼ਨਾ ਕਿਸੇ ਦੀ ਇੱਜ਼ਤ ਲੁੱਟ ਲੈਂਦੀ ਸੀ। ਪਹਿਲੇ ਪਹਿਲ ਮਨੁੱਖ ਜੇ ਕਿਧਰੇ ਲੜ ਪਏ ਤੇ ਨਾਖੁਨ ਬਸ ਇਹੀ ਹਥਿਆਰ ਸਨ, ਜਾਂ ਕੱਟ ਲੈਂਦਾ ਸੀ ਜਾਂ ਨਾਖੁਨ ਚਬਾਉਂਦਾ ਸੀ। ਪਸ਼ੂਆਂ ਕੋਲੋਂ, ਜੰਗਲੀ ਜਾਨਵਰਾਂ ਕੋਲੋਂ ਉਸ ਵਕਤ ਮਨੁੱਖ ਇਸ ਵਾਸਤੇ ਡਰਦਾ ਸੀ ਤੇ ਹਾਰ ਗਿਆ ਸੀ, ਉਹਨਾਂ ਦੇ ਨਾਖੁਨਾਂ ਦੇ ਮੁਕਾਬਲੇ ਚ ਇਸਦੇ ਨਾਖੁਨ ਕਮਜ਼ੋਰ ਸਨ, ਉਹਨਾਂ ਦੇ ਦੰਦਾਂ ਦੇ ਸਾਹਮਣੇ ਮਨੁੱਖ ਦੇ ਦੰਦ ਕਮਜ਼ੋਰ ਸਨ। ਹੱਥ ਵਿੱਚ ਲਾਠੀ ਆਈ, ਲਾਠੀ ਨਾਲ ਲੋਹੇ ਦੀ ਕਿੱਲ ਜੁੜੀ, ਬਰਛਾ ਬਣਿਆ, ਤਲਵਾਰ ਆਈ, ਸਹਿਜੇ ਸਹਿਜੇ ਬੰਦੂਕ ਆਈ। ਭਾਰਤ ਹਾਰ ਗਿਆ ਬਾਬਰ ਤੋਂ, ਕਿਉਂਕਿ ਉਹ ਤੋਪ ਲੈ ਆਇਆ ਸੀ, ਤੋਪ ਨਾਲ ਉਡਾਈ ਗਿਆ, ਭਾਵੇਂ ਮਾਮੂਲੀ ਦੀਆਂ ਤੋਪ ਸੀ ਛੋਟੀ, ਤੋਪ ਆਈ, ਫਿਰ ਟੈਂਕ ਆਏ, ਫਿਰ ਤਰ੍ਹਾਂ ਤਰ੍ਹਾਂ ਦੇ ਖਤਰਨਾਕ ਹਥਿਆਰ ਆਉਂਦੇ ਆਉਂਦੇ ਐਟਮ ਬੰਬ ਆਇਆ, ਹਾਈਡਰੋਜਨ ਬੰਬ ਆਇਆ। ਮਨੁੱਖ ਦਾ ਖਤਰਾ ਜਿਤਨਾ ਵੱਧਦਾ ਗਿਆ ਉਤਨੇ ਖਤਰਨਾਕ ਹਥਿਆਰ ਪੈਦਾ ਹੁੰਦੇ। ਚੱਲਿਆ ਤੇ ਨਾਖੁਨਾਂ ਤੋਂ ਸੀ, ਚੱਲਿਆ ਤੇ ਦੰਡਾਂ ਤੋਂ ਸੀ, ਅੱਜ ਹਾਈਡਰੋਜਨ ਬੰਬ ਤੋਂ ਵੀ ਅੱਗੇ ਲੰਘ ਗਏ। ਇਸੇ ਤਰੀਕੇ ਦੇ ਨਾਲ ਗੌਰ ਨਾਲ ਦੇਖੀਏ, ਮਨੁੱਖ ਦੇ ਅੰਦਰ ਖਿਆਲ ਆਇਆ, ਜੋ ਮੈਂ ਸਮਝਿਆ, ਜੋ ਮੈਂ ਜਾਣਿਆ, ਇਕੱਲਿਆਂ ਮੈਂ ਜਾਣਿਆ, ਬਾਕੀਆਂ ਨੂੰ ਨਹੀਂ ਪਤਾ, ਔਰ ਮੇਰੀ ਜਾਣਕਾਰੀ ਬਹੁਤ ਲੰਬੇ ਸਮੇਂ ਤੱਕ ਰਹੇ। ਇੱਥੋਂ ਲਿਖਣ ਦੀ ਸ਼ੈਲੀ ਦਾ ਜਨਮ ਹੋਇਆ, ਅੱਖਰ ਬਣੇ। ਪਹਿਲੇ ਪਹਿਲੇ ਕੁਛ ਮਨੁੱਖ ਪੱਥਰਾਂ ਤੇ ਲਿਖਦੇ ਰਹਿਣਾ, ਭਾਰਤ ਵਿੱਚ ਭੋਜ ਪੱਤਰਾਂ ਤੇ ਲਿਖਦੇ ਰਹਿਣਾ, ਭੋਜ ਪੱਤਰਾਂ ਦੇ ਉੱਤੇ ਲਿਖੇ ਵੇਦ ਉਪਨਿਸ਼ਦਾਂ ਅੱਜ ਵੀ ਤੁਸੀਂ ਲਖਨਊ ਮਿਊਜ਼ੀਅਮ ਵਿੱਚ, ਦਿੱਲੀ ਵਿੱਚ ਦੇਖ ਸਕਦੇ ਹੋ। ਭੋਜ ਪੱਤਰ ਦੀ ਉਮਰ ਕਾਗਜ਼ ਤੋਂ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਇਹ ਬਦਰੀ ਨਾਰਾਇਣ ਦੇ ਇਲਾਕੇ ਚ ਹਿਮਾਲਿਆ ਦੀਆਂ ਉੱਚੀਆਂ ਛੋਟੀਆਂ ਦੇ ਇੱਕ ਛੋਟਾ ਜਿਹਾ ਬੂਟਾ ਹੁੰਦਾ, ਲੰਬੇ ਲੰਬੇ ਉਸਨੂੰ ਪੱਤੇ ਲੱਗਦੇ ਨੇ ਕਾਗਜ਼ ਦੀ ਤਰ੍ਹਾਂ, ਔਰ ਉਮਰ ਉਸਦੀ ਇਤਨੀ ਲੰਬੀ ਹੈ 3,000 ਸਾਲ ਤੱਕ ਉਹ ਪੱਤਾ ਖਰਾਬ ਨਹੀਂ ਹੁੰਦਾ। ਕੁਦਰਤ ਨੇ ਇਤਨੀ ਲੰਬੀ ਉਮਰ ਉਸਦੀ ਪਾਈ। ਮਨੁੱਖ ਨੇ ਉਸ ਤੋਂ ਕਾਗਜ਼ਾਂ ਦਾ ਕੰਮ ਲਿਆ,
ਅੱਜਕਲ ਉਸ ਪਾਸੇ ਜਿਹੜੇ ਸਾਧੂ ਉੱਤਰਾਖੰਡ ਦੇ ਰਹਿ ਜਾਂਦੇ ਨੇ, ਤਦ ਬਰਫਾਂ ਪੈਣੀਆਂ ਸ਼ੁਰੂ ਹੋ ਜਾਣੀਆਂ ਨੇ ਉਹਨਾਂ ਸੁੱਕੇ ਪੱਤਿਆਂ ਨੂੰ ਤੇ ਭੋਗ ਪੱਤਰ ਦੇ ਦਰਖਤ ਨੂੰ ਟਹਿਣੀਆਂ ਨੂੰ ਜਲਾਉਣ ਲੱਗ ਪਏ ਸੀ। ਯੂਪੀ ਗਵਰਨਮੈਂਟ ਨੂੰ ਕਾਨੂੰਨ ਬਣਾਉਣਾ ਪਿਆ, 6 ਮਹੀਨੇ ਦੀ ਸਜ਼ਾ ਰੱਖਣੀ ਪਈ ਜੋ ਆਇਨ ਦਾ ਕੋਈ ਤੋੜੇਗਾ ਜਾਂ ਜਲਾਏਗਾ, ਕਿਉਂਕਿ ਨਸਲ ਹੀ ਖਤਮ ਹੋ ਰਹੀ ਸੀ। ਮਨੁੱਖ ਨੇ ਲਿਖਿਆ ਪੱਥਰਾਂ ਤੇ, ਭੋਜ ਪੱਥਰਾਂ ਤੇ, ਫਿਰ ਇਸਨੇ ਹੱਥਾਂ ਨਾਲ ਕਾਗਜ਼ ਬਣਾਇਆ ਤਾੜੀ ਦੇ ਦਰਖਤ ਤੋਂ, ਮੋਟਾ ਕਾਗਜ਼। ਪਹਿਲੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵੀੜ ਵੀ ਉਸੇ ਮੋਟੇ ਕਾਗਜ਼ ਤੇ ਲਿਖੀ ਗਈ ਹੈ। ਅੱਜ ਕੱਲ੍ਹ ਧੀਰ ਮਲੀਆਂ ਕੋਲੇ ਕਰਤਾਰਪੁਰ ਸਾਹਿਬ ਵਿੱਚ ਹੈ, ਜਿਹੜੀ ਪਹਿਲੀ ਵੀੜ ਰਾਮਸਰ ਵਿੱਚ ਤਿਆਰ ਕਰਾਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਉਹਦਾ ਵਜ਼ਨ ਇਤਨਾ ਹੈ, 4 ਆਦਮੀ ਪ੍ਰਕਾਸ਼ ਕਰ ਸਕਦੇ ਨੇ, ਕੱਲਾ ਨਹੀਂ ਕਰ ਸਕਦਾ। ਵਜ਼ਨ ਬਹੁਤ ਜ਼ਿਆਦਾ, ਬਹੁਤ ਵੱਡੀ ਵੀੜ, ਔਰ ਬੜਾ ਮੋਟਾ ਕਾਗਜ਼ ਹੈ। ਅੱਜ ਹਜ਼ਾਰਾਂ ਤਰ੍ਹਾਂ ਦੇ ਕਾਗਜ਼ਾਂ ਦਾ ਤੇ ਛਾਪਿਆਂ ਦਾ ਮਨੁੱਖ ਜਨਮਦਾਤਾ ਹੈ, ਵਧੀਆ ਤੋਂ ਵਧੀਆ ਕਾਗਜ਼ ਦਾ ਤੇ ਪ੍ਰਿੰਟਿੰਗ ਪ੍ਰੈਸ ਛਾਪੇ ਖਾਨਿਆਂ ਦਾ ਮਨੁੱਖ ਜਨਮਦਾਤਾ। ਚੱਲਿਆ ਤੁਸੀਂ ਭੋਜ ਪੱਤਰਾਂ ਤੋਂ ਜਾਂ ਪੱਥਰਾਂ ਤੋਂ, ਜ਼ਿੰਦਗੀ ਦੇ ਹਰ ਸ਼ੋਭੇ ਦੇ ਜਿਹੜਾ ਵਿਕਾਸ ਹੋਇਆ ਮਨੁੱਖ ਦੀ ਲੋੜ ਨੇ ਕਰਾਇਆ, ਭੁੱਖ ਨੇ ਕਰਾਇਆ, ਪਿਆਸ ਨੇ ਕਰਾਇਆ। ਕੋਈ ਇੰਜੀਨੀਅਰ ਹੈ, ਕੋਈ ਡਾਕਟਰ ਹੈ, ਕੋਈ ਲਾਇਰ ਹੈ, ਕੋਈ ਚੋਟੀ ਦਾ ਸਾਇੰਟਿਸਟ ਹੈ, ਵਿਗਿਆਨਿਕ ਹੈ, ਅਗਰ ਦੇਖੋਗੇ ਇਹ ਪਿੱਛੇ 2 ਰੋਟੀਆਂ ਨੇ ਧੱਕਾ ਮਾਰਿਆ ਤੇ ਸਭ ਕੁਛ ਕਰਾਇਆ। ਰੋਟੀ ਭਜਾਉਂਦੀ ਰਹੀ, ਭੋਜਨ ਦੀ ਭੁੱਖ ਨੇ ਮਨੁੱਖ ਨੂੰ ਇੰਜੀਨੀਅਰ ਬਣਾ ਦਿੱਤਾ, ਕਿਸੇ ਨੂੰ ਡਾਕਟਰ ਬਣਾ ਦਿੱਤਾ। ਪਦਾਰਥਾਂ ਦੀ ਲੋੜ ਨੇ ਕਿਸੇ ਨੂੰ ਤਗੜਾ ਵਪਾਰੀ ਬਣਾ ਦਿੱਤਾ, ਬਿਜ਼ਨਸਮੈਨ ਬਣਾ ਦਿੱਤਾ, ਕਿਸੇ ਨੂੰ ਬਹੁਤ ਵੱਡਾ ਜ਼ਮੀਨਦਾਰ ਬਣਾ ਦਿੱਤਾ। ਪਦਾਰਥਾਂ ਦੀ ਲੋੜ, ਭੋਜਨ ਦੀ ਭੁੱਖ, ਪਾਣੀ ਦੀ ਪਿਆਸ, ਇਹ ਸਾਰਾ ਵਿਕਾਸ ਭੋਜਨ ਦਾ ਹੈ। ਜਿਤਨਾ ਤੁਸੀਂ ਦੇਖਦੇ ਹੋ ਇੰਨਾ ਹੀ ਪਦਾਰਥਾਂ ਦੀ ਲੋੜ ਨੇ ਰੇਲਾਂ, ਮੋਟਰਾਂ, ਗੱਡੀਆਂ, ਸੜਕਾਂ, ਹਵਾਈ ਜਹਾਜ਼ਾਂ ਨੂੰ ਜਨਮ ਦਿੱਤਾ। ਮਨੁੱਖ ਦੀ ਲੋੜਾਂ ਦਾ ਵਿਕਾਸ, ਪਦਾਰਥਾਂ ਦੀ ਲੋੜ, ਭੋਜਨ ਦੀ ਭੁੱਖ ਨੇ ਇਹ ਸਾਰਾ ਮਨੁੱਖ ਦੇ ਕੋਲ ਵਿਕਾਸ ਕਰਾਇਆ। ਜਿਤਨਾ ਬਾਹਰ ਦਾ ਵਿਕਾਸ ਹੈ ਇਸਦਾ ਮੂਲ ਆਧਾਰ ਅੰਨ ਪਾਣੀ ਹੈ, ਬਸ ਇਹ ਮਹਿਸੂਸ ਭੋਜਨ। ਜਿਤਨਾ ਵੀ ਵਿਕਾਸ ਹੈ, ਕੋਈ ਟੀਚਰ ਹੈ, ਕੋਈ ਪ੍ਰੋਫੈਸਰ ਹੈ, ਕੋਈ ਦਾਰਸ਼ਨਿਕ ਹੈ, ਕੋਈ ਸਾਇੰਟਿਸਟ ਹੈ, ਕੋਈ ਇੰਜੀਨੀਅਰ ਹੈ, ਕੋਈ ਡਾਕਟਰ ਹੈ, ਕੋਈ ਵਪਾਰੀ ਹੈ, ਕੋਈ ਬਹੁਤ ਵੱਡਾ ਜ਼ਮੀਨਦਾਰ ਹੈ, ਕੁਛ ਵੀ ਹੋਵੇ, ਖੇਡ ਸਾਰੀ ਭੋਜਨ ਦੀ ਔਰ ਕੁਛ ਵੀ ਨਹੀਂ, ਔਰ ਕੁਛ ਵੀ ਨਹੀਂ। ਇਹ ਸਾਰਾ ਵਿਕਾਸ ਭੋਜਨ ਨੇ ਕਰਾਇਆ, ਸਾਰੀ ਉੱਨਤੀ ਭੋਜਨ ਨੇ ਕਰਾਈ ਹੈ। ਹੁਣ ਜਿਹੜਾ ਮੈਂ ਦੂਸਰਾ ਨੁਕਤਾ ਤੁਹਾਡੇ ਸਾਹਮਣੇ ਰੱਖਣ ਲੱਗਾ, ਕਿਉਂਕਿ ਗੁਰਬਾਣੀ ਅਤੀ ਸੂਖਸ਼ਮ ਹੈ, ਪਰਮਾਤਮਾ ਪ੍ਰਭੂ ਦਾ ਨਾਮ ਪ੍ਰਾਕਿਰਤਿਕ ਲੋੜ ਨਹੀਂ ਹੈ। ਸਾਇੰਟਿਸਟ ਠੀਕ ਕਹਿੰਦੇ ਨੇ, ਕਹਿੰਦੇ ਸਰੀਰ ਦੀ ਪੜਚੋਲ ਕਰਕੇ ਅਸੀਂ ਦੇਖ ਲਿਆ
ਕੋਈ ਨਾਮ ਲੋੜ ਨਹੀਂ, ਕੋਈ ਰਾਮ ਰਾਮ ਜਪਣ ਦੀ ਲੋੜ ਨਹੀਂ, ਕੋਈ ਅੱਲਾਹ ਹੋ ਕਰਨ ਦੀ ਲੋੜ ਨਹੀਂ, ਕੋਈ ਵਾਹਿਗੁਰੂ ਵਾਹਿਗੁਰੂ ਕਰਨ ਦੀ ਲੋੜ ਨਹੀਂ, ਲੋੜ ਹੀ ਨਹੀਂ ਹੈ ਸਰੀਰ ਦੀ। ਕਹਿੰਦਾ ਅਸੀਂ ਦੇਖ ਲੈ, ਕੋਈ ਧਰਮ ਗ੍ਰੰਥਾਂ ਦਾ ਪਾਠ ਕਰਨ ਦੀ ਲੋੜ ਹੀ ਨਹੀਂ, ਇਹਦੀ ਲੋੜ ਹੀ ਨਹੀਂ, ਸਰੀਰ ਵਿੱਚ ਕਿਧਰੇ ਦਿਖਾਈ ਨਹੀਂ ਦਿੰਦਾ ਇਹਦੀ ਲੋੜ। ਬੜੇ ਧਿਆਨ ਨਾਲ ਸੁਣਨਾ, ਪਦਾਰਥ ਪ੍ਰਾਕਿਰਤਿਕ ਲੋੜ ਹੈ, ਜਨਮ ਤੋਂ ਭੋਜਨ ਦੀ ਭੁੱਖ ਹੈ, ਜਨਮ ਤੋਂ ਭਜਨ ਦੀ ਭੁੱਖ ਨਹੀਂ ਹੈ, ਨਹੀਂ। ਜਨਮ ਤੋਂ ਪਾਣੀ ਦੀ ਪਿਆਸ ਹੈ, ਜਨਮ ਤੋਂ ਗੁਰਬਾਣੀ ਦੀ ਪਿਆਸ ਨਹੀਂ ਹੈ, ਨਹੀਂ ਹੈ। ਔਰ ਸਾਰੀ ਜ਼ਿੰਦਗੀ ਵੀ ਮਨੁੱਖ ਗੁਰਬਾਣੀ ਦੀ ਪਿਆਸ ਤੋਂ ਬਿਨਾਂ ਰਹਿ ਸਕਦਾ ਹੈ, ਬਥੇਰੀ ਦੁਨੀਆਂ ਰਹਿ ਗਈ। ਸਾਰੀ ਜ਼ਿੰਦਗੀ ਵੀ ਮਨੁੱਖ ਭਜਨ ਤੋਂ ਬਿਨਾਂ ਰਹਿ ਸਕਦਾ ਹੈ, ਦੂਰ ਕਿਉਂ ਗਿਆ, 90 ਸਦੀ ਦੁਨੀਆਂ ਰਹਿ ਗਈ। ਮੰਦਿਰ ਮਸਜਿਦ ਗੁਰਦੁਆਰਿਆਂ ਜੋ ਆਉਂਦੇ ਨੇ ਸਾਰੀ ਦੁਨੀਆਂ 10 ਸਦੀ ਤੋਂ ਜ਼ਿਆਦਾ ਨਹੀਂ ਨੇ, ਇਹ ਵੀ ਮਹਿਸ ਕਰਦੇ ਨੇ ਰਹਿ। ਇਸ ਤੋਂ ਤਰਕ ਨੂੰ ਬੜਾ ਪ੍ਰਬਲ ਬਲ ਮਿਲ ਜਾਂਦਾ ਹੈ। ਭੋਜਨ ਦੀ ਲੋੜ ਹੈ, ਭਜਨ ਦੀ ਨਹੀਂ। ਪਾਣੀ ਦੀ ਲੋੜ ਹੈ, ਗੁਰਬਾਣੀ ਦੀ ਲੋੜ ਨਹੀਂ। ਪਦਾਰਥਾਂ ਦੀ ਲੋੜ ਹੈ, ਪਰਮਾਤਮਾ ਦੀ ਨਹੀਂ। ਇਹਦੇ ਵਿੱਚ ਵਕਤ ਜ਼ਾਇਆ ਵੀ ਨਾ ਕਰੀਏ। ਫਰਾਇਡ ਜੈਸੇ ਇੱਕ ਸਾਇੰਟਿਸਟ ਨੇ, ਮਨੋਚਿੰਤਕ ਨੇ, ਡਾਕਟਰ ਸੀ ਜਰਮਨੀ ਦਾ ਬੜਾ ਪ੍ਰਸਿੱਧ, ਉਹ ਤੇ ਕਹਿੰਦੇ ਨੇ ਭਾਰਤ ਦੇ ਸੰਤ ਗਲਤ ਕਹਿੰਦੇ ਨੇ, ਮਨ ਦੇ ਚ ਰਾਮ ਹੈ। ਕਹਿੰਦਾ ਕਤਈ ਨਹੀਂ, ਮਨ ਦੇ ਚ ਕਾਮ ਹੈ, ਬਿਲਕੁਲ ਗਲਤ ਕਹਿੰਦੇ। ਮਨ ਵਿੱਚ ਸਦਰ ਸੰਤੋਖ ਹੈ, ਰੱਬੀ ਗੁਣ ਹੈ। ਕਹਿੰਦਾ ਕਤਈ ਨਹੀਂ, ਸਵਾਏ ਲੋਭ ਤੋਂ ਹੋਰ ਕੁਛ ਵੀ ਨਹੀਂ। ਮਨ ਵਿੱਚ ਰੱਬੀ ਗੁਣ ਹੈ, ਕਹਿੰਦਾ ਕਤਈ ਨਹੀਂ, ਸਵਾਏ ਅਹੰਕਾਰ ਤੋਂ, ਈਗੋ ਤੋਂ ਇਲਾਵਾ ਹੋਰ ਕੁਛ ਵੀ ਨਹੀਂ। ਇਹੀ ਕੁਛ ਬੜਾ ਵੱਡਾ ਮਨੋਵਿਗਿਆਨਕ ਸੀ। ਔਰ ਸ਼ਾਇਦ ਆਪ ਨੂੰ ਪਤਾ ਹੋਵੇ, ਜਰਮਨ ਭਾਸ਼ਾ ਵਿੱਚ ਮਨ ਦੇ ਸੰਬੰਧ ਜਿਹੜੀ ਇਸਨੇ ਕਿਤਾਬ ਲਿਖੀ, ਉਸਦਾ ਹਿੰਦੀ ਅਨੁਵਾਦ ਹੋਇਆ ਭਾਰਤ ਵਿੱਚ, ਫਰਾਇਡ ਮਨੋਵਿਸ਼ਲੇਸ਼ਣ। ਮਨ ਦੀਆਂ 10 ਹਾਲਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਝ ਰਾਗ ਵਿੱਚ ਬਿਆਨ ਕੀਤੀਆਂ ਨੇ। ਮਨ ਦੀਆਂ ਇੰਝ ਕਹਿ ਲਓ 3 ਹਾਲਤਾਂ ਚੋਂ ਲੰਘਦਾ ਹੈ, ਬਚਪਨ, ਜਵਾਨੀ, ਬੁਢੇਪਾ, ਬਾਲ ਜਵਾਨੀ ਔਰ ਬਿਰਧਪਨ। 3 ਅਵਸਥਾ ਗਿਆਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਗੁਰੂ ਨਾਨਕ ਮਨ ਦੀਆਂ ਹਾਲਤਾਂ 10 ਲਿਖਦਾ ਹੈ। ਹੋ ਸਕਿਆ ਤੇ ਕਿਸੇ ਵਕਤ ਤੁਹਾਡੇ ਸਾਹਮਣੇ ਰੱਖਾਂ। ਫਰਾਇਡ ਨੇ 8 ਲਿਖੀਆਂ ਨੇ, ਔਰ ਜਿਹੜੀਆਂ 8 ਲਿਖੀਆਂ ਨੇ ਗੁਰੂ ਨਾਨਕ ਨਾਲ ਮੇਲ ਖਾਂਦੀਆਂ ਨੇ। ਹੈਰਾਨੀ ਦੀ ਫਰਾਇਡ ਮਨੋਵਿਸ਼ਲੇਸ਼ਣ, ਉਹਦੇ ਜਿਹੜੀਆਂ ਮਨ ਦੀਆਂ 8 ਅਵਸਥਾਵਾਂ ਉਹ ਬਿਆਨ ਕਰਦਾ ਹੈ, ਗੁਰੂ ਨਾਨਕ ਦੇ ਮਾਝ ਰਾਗ ਦੇ ਸ਼ਬਦ ਨਾਲ ਮੇਲ ਖਾਂਦੇ ਹਨ, ਜਿਹਦੇ ਸਤਿਗੁਰ ਨੇ 10 ਅਵਸਥਾ ਬਿਆਨ ਕੀਤੀਆਂ। ਇੱਕ ਦਫਾ ਦੋਹਾਂ ਦਾ ਇਹ ਵਿਚਾਰ, ਫਰਾਇਡ ਦਾ ਤੇ ਮਾਝ ਰਾਗ ਦੇ ਸ਼ਬਦ ਦਾ, ਮੈਂ ਜੰਮੂ ਸ੍ਰੀ ਗੁਰੂ ਸਿੰਘ ਸਭਾ ਵਿੱਚ ਸੁਣਾ ਰਿਹਾ ਸੀ। ਬਹੁਤ ਪੁਰਾਣੀ ਗੱਲ ਹੈ, ਅੰਦਾਜ਼ਨ 25-30 ਸਾਲ ਪੁਰਾਣੀ। ਮੈਂ ਇਸ ਤਰ੍ਹਾਂ ਕਿਹਾ, ਦੇਖੋ ਜੋ ਕੁਝ ਗੁਰੂ ਨਾਨਕ ਨੇ 500 ਸਾਲ ਪਹਿਲੇ ਆਖਿਆ,
ਇਸੇ ਹੀ ਸਦੀ ਦਾ ਹੋ ਗਿਆ ਇੱਕ ਮਹਾਨ ਡਾਕਟਰ ਮਨੋਚਿੰਤਕ ਇਸ ਵਿਚਾਰ ਨਾਲ ਸਹਿਮਤ ਹੈ। ਬਾਅਦ ਵਿੱਚ ਕਥਾ ਦੀ ਸਮਾਪਤੀ ਤੋਂ ਬਾਅਦ ਮੇਰੇ ਕਮਰੇ ਵਿੱਚ ਇੱਕ ਰਿਟਾਇਰਡ ਫੌਜੀ ਆ ਗਿਆ, ਕਰਨਲ ਸੀ ਰਿਟਾਇਰ। ਵਿਸ਼ਵ ਯੁੱਧ ਦੇ ਸਮੇਂ ਉਹ ਕਿਧਰੇ ਲੜਾਈ ਦੇ ਸਮੇਂ ਚ ਜਰਮਨ ਆਇਆ ਸੀ। ਮੈਨੂੰ ਕਹਿਣ ਲੱਗੇ ਗਿਆਨੀ ਜੀ, ਫਰਾਇਡ ਗੁਰੂ ਨਾਨਕ ਨਾਲ ਸਹਿਮਤ ਹੈ, ਐਸਾ ਨਹੀਂ ਕਹਿਣਾ ਚਾਹੀਦਾ। ਫਰਾਇਡ ਨੇ ਖਿਆਲ ਹੀ ਗੁਰੂ ਨਾਨਕ ਤੋਂ ਲਿਆ, ਉਹਦਾ ਆਪਣਾ ਨਹੀਂ ਹੈ। ਮੈਂ ਕਹੋ ਕਿਸ ਤਰ੍ਹਾਂ? ਕਹਿਣ ਲੱਗੇ ਜਰਮਨ ਦੇ ਡਾਕਟਰ ਟ੍ਰੰਪ ਹੋਇਆ, ਫਰਾਇਡ ਦੇ ਸਮੇਂ ਹੋਇਆ, ਉਹਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਹੈ, ਲੇਕਿਨ ਸਿਰਫ ਮਾਂ ਰਾਗ ਤੱਕ ਕਰ ਸਕਿਆ, ਅੱਗੋਂ ਵੀ ਡੈਥ ਹੋ ਗਈ, ਰਿਹਾ ਨਹੀਂ, ਸਰੀਰ ਦੇ ਸਾਥ ਨਹੀਂ ਦਿੱਤਾ। ਜੈ ਜੈ ਜਰਮਨ ਭਾਸ਼ਾ ਵਿੱਚ ਕਹਿੰਦਾ, ਮੇਰੇ ਦੇਖਣ ਵਿੱਚ ਆਇਆ ਸੀ ਜਰਮਨੀ ਚ, ਜਰਮਨ ਲੋਕਾਂ ਕੋਲ ਮੈਂ ਉਹ ਸੁਣਿਆ, ਹੈਰਾਨ ਹੋਇਆ। ਡਾਕਟਰ ਟ੍ਰੰਪ ਨੇ ਮਿਹਨਤ ਕੀਤੀ, ਮਨ ਦੀਆਂ ਇਹ ਹਾਲਤਾਂ ਡਾਕਟਰ ਟ੍ਰੰਪ ਦੇ ਟੀਕੇ ਤੋਂ ਫਰਾਇਡ ਨੇ ਲਈਆਂ। ਐਸਾ ਕਹਿਣਾ ਹੀ ਨਹੀਂ ਚਾਹੀਦਾ। ਫਰਾਇਡ ਗੁਰੂ ਨਾਨਕ ਨਾਲ ਸਹਿਮਤ ਹੈ, ਨਹੀਂ, ਫਰਾਇਡ ਨੇ ਗੁਰੂ ਨਾਨਕ ਦੀ ਨਕਲ ਕੀਤੀ, ਉੱਥੋਂ ਲੈ ਨਹੀਂ ਵਿਚਾਰ ਲਈ ਉੱਥੋਂ। ਲੇਕਿਨ ਇੱਕ ਖਿਆਲ ਉਸਦਾ ਆਪਣਾ ਕਹਿ ਸਕਦੇ ਹਾਂ, ਬੜਾ ਪ੍ਰਬਲ। ਉਹ ਕਹਿੰਦਾ, ਭਾਰਤ ਦੇ ਸਾਰੇ ਸੰਤ ਤੇ ਅਵਤਾਰ ਗਲਤ ਕਹਿੰਦੇ ਨੇ, ਮਨ ਵਿੱਚ ਪ੍ਰਾਰਥਨਾ ਹੈ, ਕਹਿੰਦਾ ਨਹੀਂ, ਵਾਸ਼ਨਾ। ਮਨ ਵਿੱਚ ਰਾਮ ਹੈ, ਕਹਿੰਦਾ ਕਤਈ ਨਹੀਂ, ਕਾਮ ਹੈ। ਮਨ ਵਿੱਚ ਰੱਬੀ ਗੁਣ ਹੈ, ਕਹਿੰਦਾ ਬਿਲਕੁਲ ਨਹੀਂ, ਇਹੋ ਹੈ, ਹੰਕਾਰ ਹੈ, ਬੜਾ ਪ੍ਰਬਲ ਹੰਕਾਰ। ਮਨ ਦੇ ਸਦਰ ਸੰਤੋਖ ਹੈ, ਕਹਿੰਦਾ ਐਵੇਂ ਕਿੱਲੇਬਾਜ਼ੀਆਂ ਨੇ, ਫਿਜ਼ੂਲ ਖਿਆਲ ਨੇ, ਫਿਜ਼ੂਲ। ਮਨ ਦੇ ਸਿਵਾਏ ਲੋਭ ਤਾਂ ਹੋਰ ਕੁਛ ਵੀ ਹੈ। ਸੁਣ ਕੇ ਪਾਗਲਾਂ ਦਾ ਇਲਾਜ ਕਰਦਾ ਸੀ, ਸੀਮਾ ਤੋਂ ਵਧਿਆ ਹੋਇਆ ਹੰਕਾਰ ਮਨੁੱਖ ਨੂੰ ਪਾਗਲ ਕਰ ਦਿੰਦਾ, ਸੀਮਾ ਤੋਂ ਵਧਿਆ ਹੋਇਆ ਲੋਭ ਮਨੁੱਖ ਨੂੰ ਪਾਗਲ ਕਰ ਦਿੰਦਾ। ਗੁਰਬਾਣੀ ਵੀ ਕਹਿੰਦੀ, ਜਿਉਂ ਕੂ ਕਰ ਹਰ ਕਾਇਆ ਤਾਵੇ ਗਏ ਦੇ ਸਜਾਏ, ਲੋਭੀ ਜੰਤ ਮੈਂ ਜਾਣੇ ਭਾਖਾ ਵਕ ਸਭ ਖਾਏ। ਲੋਭੀ ਮਨੁੱਖ ਸਿਰਫ ਪਾਗਲ ਮਨੁੱਖ ਹੀ ਨਹੀਂ ਹੈ, ਪਾਗਲ ਕੁੱਤੇ ਦੀ ਤਰ੍ਹਾਂ। ਸਤਿਗੁਰ ਦੀ ਬਾਣੀ, ਪਾਗਲ ਕੁੱਤਾ ਜਿਵੇਂ ਪਾਲਿਆ ਹੋਵੇ ਨਾ, ਆਪਣੇ ਮਾਲਕ ਨੂੰ ਵੀ ਵੱਢਣ ਲੱਗ ਪੈਂਦਾ। ਲੋਭ ਸੀਮਾ ਤੋਂ ਜਿਸਦਾ ਵੱਧ ਗਿਆ, ਭਰਾ ਨੂੰ ਵੀ ਧੋਖਾ ਦੇਗਾ, ਪਿਓ ਨੂੰ ਵੀ ਧੋਖਾ ਦੇਗਾ। ਲੋਭ ਜੋ ਵੱਧ ਗਿਆ, ਉਹਦੇ ਸਾਹਮਣੇ ਕੋਈ ਭਾਈਚਾਰਾ ਨਹੀਂ ਰਹਿ ਜਾਏਗਾ, ਉਹਦੇ ਸਾਹਮਣੇ ਕੋਈ ਰਿਸ਼ਤੇਦਾਰੀ ਨਹੀਂ ਰਹੇਗੀ, ਗੁਰੂ ਨੂੰ ਵੀ ਧੋਖਾ ਦੇਗਾ। ਆਪਣੇ ਕਿਤਨੇ ਲੋਭ ਮੰਦਰਾਂ ਦੀ ਗੋਲਕ ਔਰ ਗੁਰਦੁਆਰਿਆਂ ਦੀ ਗੋਲਕ ਦਾ ਗਲਤ ਇਸਤੇਮਾਲ ਕਰ ਲੈਂਦੇ ਨੇ, ਗਲਤ ਕੀ ਖਾਈ ਜਾਂਦੇ ਨੇ, ਜੋ ਸਿਰਫ ਧਰਮ ਪ੍ਰਚਾਰ ਵਾਸਤੇ। ਗੁਰੂ ਨੂੰ ਵੀ ਧੋਖਾ ਦਿੰਦੇ, ਪਰਮਾਤਮਾ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਨੇ। ਇਹ ਬਿਰਤੀਮਾਨ ਦੀ ਬਣਦੀ ਹੈ ਵਧੇ ਹੋਏ ਲੋਭ ਤੋਂ, ਕੋਈ ਰਿਸ਼ਤੇਦਾਰੀ ਨਹੀਂ, ਕੋਈ ਭਾਈਚਾਰਾ ਨਹੀਂ। ਸੀਮਾ ਤੋਂ ਵਧਿਆ ਹੋਇਆ ਲੋਭ ਜਿਵੇਂ ਪਾਗਲ ਕੁੱਤਾ ਆਪਣੇ ਮਾਲਕ ਨੂੰ ਵੀ ਵੱਢਦਾ, ਹਰ ਇੱਕ ਨੂੰ ਵੱਢਦਾ। ਲੋਭੀ ਮਨੁੱਖ ਹਰ ਇੱਕ ਨੂੰ ਠੱਗਣ ਦੀ ਕੋਸ਼ਿਸ਼ ਕਰਦਾ, ਸੀਮਾ ਤੋਂ ਵਧਿਆ ਹੋਇਆ ਲੋਭ ਮਨੁੱਖ ਨੂੰ ਪਾਗਲ ਕਰ ਦਿੰਦਾ, ਸੀਮਾ ਤੋਂ ਵਧਿਆ ਹੋਇਆ ਕਾਮ ਮਨੁੱਖ ਨੂੰ ਪਾਗਲ ਕਰਦਾ। ਜਿਹੜੇ ਪਾਗਲ ਉਸਦੇ ਕੋਲ ਆਉਂਦੇ ਸਨ ਤੇ ਜਿਹਨਾਂ ਦਾ ਉਹ ਇਲਾਜ ਕਰਦਾ ਸੀ, ਕਹਿੰਦਾ ਬੈਲੈਂਸ ਵਿਗੜਿਆ ਇਸ ਮਨੁੱਖ ਦਾ ਕਾਮ ਨਾਲ,
ਫੌਰਨ ਦੋ ਚਾਰ ਦਿਨ ਗੱਲ ਕਰਕੇ ਅੰਦਾਜ਼ਾ ਲਾ ਲੈਂਦੇ। ਇਸ ਮਨੁੱਖ ਦਾ ਬੈਲੈਂਸ ਵਿਗੜਿਆ ਇਹਦੇ ਹੰਕਾਰ ਨਾਲ, ਸੀਮਾ ਤੋਂ ਵਧੇ ਹੰਕਾਰ। ਇਸ ਮਨੁੱਖ ਦਾ ਮਾਨਸਿਕ ਸੰਤੁਲਨ ਡਾਵਾਂ ਡੋਲ ਹੋਇਆ ਲੋਭ ਨਾਲ। ਬੜਾ ਸਿਆਣਾ ਸੀ, ਬੜਾ ਸਿਆਣਾ ਸੀ, ਆਪਣੇ ਢੰਗ ਨਾਲ ਇਲਾਜ ਕਰਦਾ ਸੀ, ਚਾਰ ਪੰਜ ਦਿਨ ਉਹਦੇ ਨਾਲ ਗੱਲਾਂ ਕਰਦਾ ਸੀ, ਬਸ ਗੱਲਾਂ ਉਹਦੀਆਂ ਸੁਣਨੀਆਂ ਗੌਰ ਨਾਲ, ਬਸ ਇਹੀ ਉਹਦਾ ਇਲਾਜ ਕਰਨ ਦਾ ਢੰਗ ਸੀ। ਅੰਦਰ ਦਾ ਸਭ ਕੁਝ ਪਾਗਲ ਬਿਆਨ ਕਰ ਦਿੰਦਾ ਸੀ, ਉਹਦੇ ਬੋਲਾਂ ਸਭ ਕੁਝ ਪ੍ਰਗਟ ਹੋ ਜਾਂਦਾ ਸੀ। ਇਹ ਬੈਲੈਂਸ ਕਿਉਂ ਵਿਗੜਿਆ, ਇਹ ਸੰਤੁਲਨ ਕਿਉਂ ਵਿਗੜਿਆ, ਕੰਮ ਕਰਕੇ ਵਿਗੜਿਆ ਕਿ ਲੋਭ ਕਰਕੇ ਵਿਗੜਿਆ ਕਿ ਹੰਕਾਰ ਕਰਕੇ। ਮੈਂ ਕ੍ਰੋਧ ਤੇ ਮੋਹ ਦਾ ਜ਼ਿਕਰ ਨਹੀਂ ਕਰ ਰਿਹਾ, ਪਤਾ ਹੈ ਕਿਉਂ? ਧਾਰਮਿਕ ਗਿਆਨੀ ਇਹਨਾਂ ਦੀ ਕੋਈ ਹੋਂਦ ਨਹੀਂ ਮੰਨਦੇ, ਛਾਇਆ ਦੀ ਤਰ੍ਹਾਂ ਇਹ ਤਿੰਨਾਂ ਦੇ ਨਾਲ ਰਹਿੰਦੇ। ਜਿਵੇਂ ਇੱਕ ਦਰਖਤ ਹੈ ਉਹਦੀ ਤੇ ਹੋਂਦ ਹੈ, ਪਰ ਛਾਇਆ ਦਰਖਤ ਕਰਕੇ ਛਾਇਆ, ਦਰਖਤ ਨਾ ਹੋਵੇ ਤੇ ਛਾਇਆ ਨਹੀਂ ਹੋਵੇ। ਮੋਹ ਤੇ ਕ੍ਰੋਧ ਦੀ ਆਪਣੀ ਹੋਂਦ ਨਹੀਂ, ਉਹ ਕੰਮ ਕਰਕੇ ਹੰਕਾਰ ਕਰਕੇ ਲੋਭ ਕਰਕੇ ਨੇ। ਜਿਹੜਾ ਹੰਕਾਰ ਦੀ ਪੂਰਤੀ ਕਰ ਦੇਵੇ, ਪੱਠੇ ਪਾ ਦੇਵੇ, ਆਖਿਰ ਤੇਰੇ ਵਰਗਾ ਕੋਈ ਸ਼ਰੀਫ ਨਹੀਂ, ਤੇਰੇ ਵਰਗਾ ਕੋਈ ਗਿਆਨੀ ਨਹੀਂ, ਤੇਰੇ ਵਰਗਾ ਕੋਈ ਦਾਨੀ ਨਹੀਂ, ਤੇਰੇ ਵਰਗਾ ਕੋਈ ਸ਼ਕਤੀਸ਼ਾਲੀ ਨਹੀਂ, ਇਸ ਤਰ੍ਹਾਂ ਪੱਠੇ ਪਾਉਂਦਾ ਰਹੇ, ਉਹ ਪਿਆਰਾ ਲੱਗਦਾ, ਚੰਗਾ ਲੱਗਦਾ, ਉਸ ਤੇ ਮੋਹ ਆ ਜਾਂਦਾ ਹੈ। ਤੇ ਜਿਹੜਾ ਰੋਕ ਖੜੀ ਕਰਦੇ ਉਸ ਤੇ ਕ੍ਰੋਧ ਆ ਜਾਂਦਾ ਹੈ। ਜਿਹੜਾ ਅਕੇਲੇ ਤੇਰੇ ਜੈਸਾ ਕੋਈ ਮੂਰਖ ਹੀ ਨਹੀਂ, ਤੂੰ ਕਿਵੇਂ, ਤੂੰ ਕੁਛ ਵੀ ਨਹੀਂ, ਉਸ ਤੇ ਕ੍ਰੋਧ ਆ ਜਾਂਦਾ ਹੈ। ਕ੍ਰੋਧ ਹਰ ਵਕਤ ਨਹੀਂ ਆਉਂਦਾ, ਹੰਕਾਰ ਹਰ ਵਕਤ ਆਉਂਦਾ। ਮੋਹ ਹਰ ਵਕਤ ਨਹੀਂ ਆਉਂਦਾ, ਹੰਕਾਰ ਹਰ ਵਕਤ ਆਉਂਦਾ। ਜਿਹੜਾ ਲੋਭ ਦੀ ਪੂਰਤੀ ਕਰ ਲਵੇ, ਪਿਆਰਾ ਲੱਗਦਾ, ਚੰਗਾ ਲੱਗਦਾ, ਆਪਣਾ ਲੱਗਦਾ। ਤੇ ਜਿਹੜਾ ਰੋਗ ਖੜੀ ਕਰ ਦੇ ਉਸ ਤੇ ਕ੍ਰੋਧ ਆ ਜਾਂਦਾ। ਕ੍ਰੋਧ ਦਾ ਮਤਲਬ ਕੀ ਹੈ? ਕਿਸੇ ਨੇ ਰੁਕਾਵਟ ਖੜੀ ਕੀਤੀ, ਹੰਕਾਰ ਪੂਰਤੀ ਵਿੱਚ, ਲੋਭ ਪੂਰਤੀ ਵਿੱਚ, ਕੰਮ ਪੂਰਤੀ ਵਿੱਚ, ਹੋਰ ਤੇ ਕੋਈ ਮਤਲਬ ਨਹੀਂ ਹੈ। ਜੈਸੇ ਪਾਣੀ ਵਿੱਚ ਮਨੁੱਖ 5-7 ਮਿੰਟ ਲਈ ਡੁਬਕੀ ਲਾ ਸਕਦਾ, ਲੰਬਾ ਨਹੀਂ ਬੈਠ ਸਕਦਾ ਪਾਣੀ ਵਿੱਚ, ਭਾਵੇਂ ਕਿਤਨਾ ਹੀ ਵੱਡਾ ਤੈਰਾਕ ਹੋਵੇ, ਜ਼ਿਆਦਾ ਲੰਬਾ ਨਹੀਂ ਬੈਠ ਸਕਦਾ, ਨਿਕਲਣਾ ਪਏਗਾ ਬਾਹਰ।